हाँ जी, सत श्रीकाल, सलाम वालेकुम ते नमस्ते सारिआं नूं। मैं तुहाडा अपना मलकीत सिंह मीठा। हमेशा दी वांग कोशिश रहिंदी आ कुछ उन्हां चेहरिआं नाल तुहानूं रूबरू कराया जाए जिन्हां ने इटली विच आण के कुछ वक्खरा कीता है। वक्खरा कुछ होर नहीं, लाइसेंस है। सो इत्थे हजे भी कई लोकां दा लाइसेंस बड़ा वड्डा सुपना है। सो साडे कोल हजारां दी गिणती नाल स्टूडेंट पढ़ रहे ने और जदों ओह हासिल करदे ने अपना ए मुकाम ते साडा फर्ज बनता है कि उन्हों का एक छोटा जि इंटरव्यू लिता जाए और बाकी रूबरू कराया जाए। अज मिलाने थानू बलविंदर कौर जी नाल जिन्हां ने इटली विच बहुत मेहनत करते हैं, 12-12, 13-13 घंटे काम करते हैं। आज अपनी जुबानी दसेंगे किदां दा रहा उन्हों का एक्सपीरियंस। हाँ जी मैडम, सत श्री अकाल। ਸਤਿ ਸ਼੍ਰੀ ਅਕਾਲ ਸਰ। ਸਰ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਮੈਂ ਦਿਲੋਂ ਥੈਂਕਸ ਕਰਦੀ ਹਾਂ। ਤੁਹਾਡੀ ਬਦੌਲਤ ਇਹ ਦਿਨ ਦੇਖਿਆ ਸਰ। ਕਿਵੇਂ ਦਾ ਆਂਦਾ ਪੇਪਰ ਤੇ ਕਿਵੇਂ ਦਾ ਰਿਹਾ ਲਾਇਸੈਂਸ ਦਾ ਸਫ਼ਰ, ਮੈਨੂੰ ਦੱਸੋ। ਸਰ ਪੇਪਰ ਬਹੁਤ ਸੌਖਾ ਆਉਂਦਾ ਹੈ। ਠੀਕ ਆ। ਹਾਂਜੀ ਸਰ, ਸਭ ਤੋਂ ਮੇਨ ਚੀਜ਼ ਤਾਂ ਇਹ ਹੈ ਕਿ ਜਿਹੜੀ ਸਟੱਡੀ ਤੁਸੀਂ ਕਰਵਾਈ ਹੈ, ਜਿੰਨੀ ਵਧੀਆ ਸਟੱਡੀ ਤੁਸੀਂ ਜਿੰਨੇ ਵਧੀਆ ਤਰੀਕੇ ਨਾਲ ਕਰਵਾਉਂਦੇ ਹੋ ਨਾ, ਤੇ ਉਸ ਤੋਂ ਬਾਅਦ ਇਹ ਲੱਗਦਾ ਨਹੀਂ ਕੁਛ ਵੀ ਨਹੀਂ ਮੁਸ਼ਕਿਲ ਲੱਗਦਾ ਹੈਗਾ। ਸੋ ਤੁਸੀਂ ਆਪਣੇ ਬਾਰੇ ਦੱਸੋ ਵੀ ਕਦੋਂ ਟਾਈਮ ਕੱਢਦੇ ਸੀ ਪੜ੍ਹਨ ਵਾਸਤੇ ਔਰ ਕਿੰਨਾ ਟਾਈਮ ਕੱਢਦੇ ਸੀ ਪੜ੍ਹਨ ਵਾਸਤੇ? ਸਰ ਮੈਂ ਜੋਬ ਕਰਦੀ ਹਾਂ, ਜੋਬ ਤੋਂ ਮੈਕਸੀਮਮ 10 ਜਾਂ 11 ਘੰਟੇ। ਅੱਛਾ ਜੀ। ਤੇ ਤੁਹਾਨੂੰ ਤਾਂ ਪਤਾ ਹੀ ਹੈ ਸਰ, ਫਿਰ ਘਰੇ ਆ ਕੇ ਸਟੱਡੀ ਕਰਨੀ ਜਾਂ ਫਿਰ ਆਊਟ ਆਫ ਸਕੂਲ ਜਾਂ ਕਿਤੇ ਜਾਣਾ ਹੋਵੇ ਕਿੰਨਾ ਮੁਸ਼ਕਿਲ ਹੁੰਦਾ ਹੈ। ਕੰਮ ਤੋਂ ਘਰੇ ਆ ਨਾ, ਆ ਕੇ ਇੱਕਦਮ ਰਿਲੈਕਸ ਹੋ ਕੇ ਲਾਈਵ ਹੋ ਜਾਣਾ, ਆਨਲਾਈਨ ਕਲਾਸਾਂ ਲਾਈਆਂ ਤੁਹਾਡੀਆਂ, ਸਰ ਬਿਲਕੁਲ ਵੀ ਨਹੀਂ ਫੀਲ ਹੋਇਆ, ਬਿਲਕੁਲ ਕੋਈ ਮੁਸ਼ਕਿਲ ਵੀ ਨਹੀਂ ਆਈ ਹੈਗੀ ਘਰੇ ਜਿਹੜੇ ਬੈਠਿਆਂ ਨੂੰ। ਕਹਿੰਦੇ ਨੇ ਵੀ ਸਰ ਅਸੀਂ ਕੰਮਾਂ ਤੋਂ ਥੱਕੇ ਜਾਂਦੇ ਹਾਂ, ਟਾਈਮ ਨਹੀਂ ਲੱਗਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਲਈ ਇੰਨਾ ਵਧੀਆ ਤੁਸੀਂ ਕਹਿ ਲਓ ਮੌਕਾ ਹੈ ਨਾ, ਤੇ ਇਸ ਤੋਂ ਜ਼ਿਆਦਾ ਵਧੀਆ ਕੁਛ ਨਹੀਂ ਹੋ ਸਕਦਾ। ਸੋ ਕਹਿਣ ਦਾ ਮਤਲਬ ਅਗਰ ਕੋਈ ਕਰਨਾ ਚਾਹੇ ਤਾਂ ਘਰ ਬੈਠ ਕੇ ਕੰਮ ਤੋਂ ਆਣ ਕੇ ਵੀ ਲਾਇਸੈਂਸ ਕਰ ਸਕਦਾ ਹੈਗਾ। ਜਿਵੇਂ ਬਿਲਕੁਲ ਤੁਸੀਂ ਸਰ। ਇੱਕ ਫੈਕਟਰੀ 'ਚ ਕੰਮ ਕਰਦੇ ਹੋ ਮੇਰੇ ਖਿਆਲ ਨਾਲ? ਹਾਂਜੀ ਹਾਂਜੀ ਸਰ, ਮੈਂ ਫੈਕਟਰੀ 'ਚ ਕੰਮ ਕਰਦੀ ਹਾਂ। ਹਾਂਜੀ ਸਰ, 10-11 ਘੰਟੇ ਮੈਕਸੀਮਮ ਕੰਮ ਕਰਦੀ ਹਾਂ, ਤੇ ਸਰ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਤੁਹਾਡੀਆਂ ਕਲਾਸਿਸ ਲਾ ਕੇ, ਤੇ ਮੈਨੂੰ ਕੋਈ ਮੁਸ਼ਕਿਲ ਨਹੀਂ ਆਈ ਸਰ, ਕਿਉਂਕਿ ਕੰਮ ਤੋਂ ਆ ਕੇ ਘਰੇ ਇੱਕਦਮ ਰਿਲੈਕਸ ਹੋ ਕੇ ਬੈਠ ਕੇ ਕਲਾਸਾਂ ਲਾਉਣੀ ਤੁਹਾਡੀਆਂ। ਕਿੱਦਾਂ ਦਾ ਫੀਲ ਹੋ ਰਿਹਾ ਹੈ? ਤੁਸੀਂ ਸਰ ਫੀਲ ਤੁਸੀਂ ਉਹ ਮੁਕਾਮ ਹਾਸਲ ਕੀਤਾ ਹੈ ਜਾਂ ਲਾਇਸੈਂਸ, ਮੈਨੂੰ ਲੱਗਦਾ ਇਟਲੀ ਵਿੱਚ ਪੱਕੇ ਹੋਣ ਤੋਂ ਬਾਅਦ ਦੂਜਾ ਮੇਨ ਕੰਮ ਹੈ ਜਿੰਦਾ ਹਰ ਕੋਈ ਸੁਪਨਾ ਦੇਖਦਾ ਆ। ਬਿਲਕੁਲ ਸਰ। ਸੋ ਤੁਸੀਂ ਯਕੀਨ ਕਰੋ ਨਾ, ਇੰਨੀ ਖੁਸ਼ੀ ਨਾ ਆਪਾਂ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ ਪਾਸ ਹੋਣ ਦੀ, ਉਦੋਂ ਨਹੀਂ ਸੀ ਹੁੰਦੀ ਜਿੰਨੀ ਜਿੰਨੀ ਲਾਇਸੈਂਸ ਦਾ ਆਪਾਂ ਇਗਜ਼ਾਮ ਦਿੰਦੇ ਪਾਸ ਹੁੰਦੇ ਹਾਂ, ਕਿਉਂਕਿ ਮੈਨੂੰ ਨਹੀਂ ਸਰ, ਬਾਕੀ ਸਾਰਿਆਂ ਨੂੰ ਵੀ ਇੰਨੀ ਖੁਸ਼ੀ ਹੁੰਦੀ ਹੋਊਗੀ, ਬਿਲਕੁਲ ਬਸ ਏਦਾਂ ਲੱਗਦਾ ਹੈ ਕਿ ਪਤਾ ਨਹੀਂ ਅਸੀਂ ਕਿਹੜੀ ਜੰਗ ਜਿੱਤ ਲਈਏ। ਬਿਲਕੁਲ, ਇਹ ਜੰਗ ਜਿੱਤਣ ਤੋਂ ਘੱਟ ਨਹੀਂ ਹੈਗਾ ਕਿਉਂਕਿ ਇੱਥੇ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਕੰਮ ਵੀ ਕਰਦੇ ਹੋ ਪਲੱਸ ਹਾਂਜੀ ਇਗਜ਼ਾਮ ਵੀ ਇਟਾਲੀਅਨ ਵਿੱਚ ਆਉਂਦਾ ਹੈ। ਸੋ ਬੜਾ ਇੱਕ ਵੱਡਾ ਚੈਲੰਜ ਹੁੰਦਾ ਹੈ ਆਪਣੇ ਲਈ ਔਰ ਤੁਸੀਂ ਉਹ ਚੈਲੰਜ ਨੂੰ ਪਾਰ ਕਰ ਲਿਆ ਹੈ। ਹੋਰ ਬਿਲਕੁਲ ਕੋਈ ਸਰ। ਮੈਸੇਜ ਦੇਣਾ ਚਾਹੋ ਜੋ ਆਪਣੇ ਤੁਹਾਨੂੰ ਬਾਕੀ ਸਟੂਡੈਂਟ ਸੁਣ ਰਹੇ ਨੇ? ਸਰ ਮੈਂ ਤਾਂ ਬਾਕੀਆਂ ਨੂੰ, ਸਰ ਮੈਂ ਨਾ ਜਿੱਦਾਂ ਇਹੀ ਕਹਿੰਦੀ ਤੁਹਾਡੇ ਸਟੱਡੀ ਕਰਾਉਣ ਦਾ ਤਰੀਕਾ, ਸਰ ਮੇਨ ਗੱਲ ਇਹ ਆ ਕਿ ਤੁਹਾਡੀ ਫੀਸ ਬਿਲਕੁਲ ਜਾਇਜ਼ ਹੈ। ਸਰ ਮੈਂ ਬਾਕੀਆਂ ਕੋਲ ਵੀ ਜਿੱਦਾਂ ਸਟੱਡੀ ਕੀਤੀ ਹੈ, ਪਹਿਲੀ ਤਾਂ ਗੱਲ ਸਰ ਚਲੋ ਉਹਨਾਂ ਦੀ ਫੀਸ ਇੰਨੀ ਹੈ ਨਾ, ਤੁਸੀਂ ਯਕੀਨ ਮੰਨੋ ਸਰ, ਚਲੋ ਜਿਹੜਾ ਬੰਦਾ ਜੋਬ ਕਰਦਾ ਉਹਦੇ ਲਈ ਕੋਈ ਮੁਸ਼ਕਿਲ ਨਹੀਂ ਹੈਗੀ। ਬਿਲਕੁਲ ਬਿਲਕੁਲ। ਜਿਹੜੇ ਸਾਡੇ ਭਰਾ ਜਿਨ੍ਹਾਂ ਦੇ ਕੋਲ ਕੰਮ ਨਹੀਂ ਹੈਗਾ, ਸਾਡੀਆਂ ਭੈਣਾਂ ਹਾਊਸ ਵਾਈਫ ਨੇ, ਉਹ ਘਰੇ ਰਹਿੰਦੀਆਂ ਨੇ, ਉਹ ਕਿੱਥੋਂ ਪੇ ਕਰੂਗੇ ਇੰਨੀ ਫੀਸ? ਬਿਲਕੁਲ ਬਿਲਕੁਲ। ਸਰ ਆ ਜਿਹੜੀ ਨਾ ਤੁਸੀਂ ਹੁਣ ਹਾਊਸ ਵਾਈਫ ਦੇ ਲਈ ਨਾ ਫੀਸ ਅੱਧੀ ਕਰ ਦਿੱਤੀ, ਘੱਟ ਕਰ ਦਿੱਤੀ, ਮੈਂ ਨਹੀਂ ਕਹਿੰਦੀ ਕਿ ਇਸ ਤੋਂ ਜ਼ਿਆਦਾ ਵਧੀਆ ਮੌਕਾ ਉਹਨਾਂ ਦੇ ਕੋਲ ਹੋਰ ਹੋਊਗਾ ਕਦੇ। ਬਹੁਤ ਸਾਰੀਆਂ ਹਾਂਜੀ ਜਿਵੇਂ ਤੁਸੀਂ ਦੱਸਿਆ ਆਪਣੀਆਂ ਭੈਣਾਂ ਨੇ ਹਾਊਸ ਵਾਈਫ ਨੇ, ਉਹਨਾਂ ਦੇ ਹਾਂਜੀ ਕੋਲ ਕੰਮ ਨਹੀਂ ਹੈਗਾ ਔਰ ਉਹ ਲਾਇਸੈਂਸ ਦੀ ਉਡੀਕ ਵਿੱਚ ਨੇ, ਹਨਾ। ਸੋ ਉਹਨਾਂ ਲਈ ਅਸੀਂ ਇਹ ਫੀਸ ਅੱਧੀ ਕੀਤੀ ਹੋਈ ਆ ਔਰ ਜਿਹੜੇ ਮੇਰੇ ਵੀਰ ਕੰਮਾਂ ਕਾਰਾਂ ਤੋਂ ਵਿਹਲੇ ਬੈਠੇ ਨੇ ਕੋਵਿਡ ਕਰਕੇ ਜਾਂ ਉੱਦਾਂ ਕਹਿ ਲਓ ਨਵੇਂ ਆਏ ਨੇ, ਉਹਨਾਂ ਲਈ ਫੀਸ ਹਾਂਜੀ ਕੀਤੀ ਆ। ਸਰ ਇਸ ਤੋਂ ਜ਼ਿਆਦਾ ਵਧੀਆ ਮੌਕਾ ਨਹੀਂ ਹੋ ਸਕਦਾ। ਸੋ ਉਹਨਾਂ ਨੂੰ ਮੈਂ ਤਾਂ ਇਹ ਕਹਿੰਦੀ, ਇੰਨਾ ਸੁਨਹਿਰੀ ਮੌਕਾ ਮਿਲਿਆ ਉਹਨਾਂ ਨੂੰ, ਇਹਦਾ ਫਾਇਦਾ ਲੈਣਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ। ਬਿਲਕੁਲ ਬਿਲਕੁਲ। ਤੇ ਮੈਂ ਹਾਂਜੀ ਕਲਾਸ 'ਚ ਵੀ ਹਮੇਸ਼ਾ ਕਹਿੰਦਾ ਹੁੰਦਾ ਕਿ ਮੇਰਾ ਜੋ ਪੜ੍ਹਾਉਣ ਦਾ ਮੇਨ ਮਕਸਦ ਇਹੀ ਹੈ ਕਿ ਜਿੰਨੀ ਨੌਲੇਜ ਮੈਨੂੰ ਹੈ ਜਾਂ ਜਿੰਨਾ ਮਤਲਬ ਮੈਂ ਹਾਂਜੀ ਇਟਲੀ ਵਿੱਚ ਸਟੱਡੀ ਕੀਤੀ ਹੈ, ਕੋਸ਼ਿਸ਼ ਕਰਦਾ ਆਪਣੇ ਜਿੰਨੇ ਵੀ ਮੈਨੂੰ ਭੈਣ ਭਰਾ ਸੁਣਦੇ ਨੇ ਸਾਰਿਆਂ ਤੱਕ ਪਹੁੰਚਾਵਾਂ। ਮੇਰਾ ਮਕਸਦ ਇਕੱਲਾ ਬੰਦੇ ਨੂੰ ਪਾਸ ਕਰਾਉਣਾ ਨਹੀਂ ਹੁੰਦਾ, ਮੇਰਾ ਮਕਸਦ ਹੈ ਕਿ ਉਹ ਜਦੋਂ ਲਾਇਸੈਂਸ ਪਾਸ ਕਰਨ ਤੋਂ ਬਾਅਦ ਕਿਸੇ ਦੁਨੀਆਦਾਰੀ 'ਚ ਜਾਏ ਉਹਨੂੰ 4 ਗੱਲਾਂ ਸਿੱਖੀਆਂ ਹੋਣ ਉਹਨੇ। ਬਿਲਕੁਲ ਸਰ। ਸਰ ਤੁਸੀਂ ਨਾ ਬੜਾ ਪੁੰਨ ਦਾ ਕੰਮ ਕੀਤਾ ਕਰ ਰਹੇ ਹੋ, ਸਹੀ ਗੱਲ ਹੈ ਸਰ, ਮੈਂ ਤੁਹਾਨੂੰ ਸੱਚ ਦੱਸ ਰਹੀ ਹਾਂ। ਹੁਣ ਲਾਇਸੈਂਸ ਪਾਸ ਕਰਨ ਤੋਂ ਬਾਅਦ ਕਿੱਦਾਂ ਦਾ ਫੀਲ ਹੋ ਰਿਹਾ ਆ? ਸਰ ਬਹੁਤ ਖੁਸ਼ੀ,
ਇੰਨੀ ਖੁਸ਼ੀ ਹੋ ਰਹੀ ਨੇ ਜਿਹਨੂੰ ਅਸੀਂ ਬੋਲ ਕੇ ਨਹੀਂ ਦੱਸ ਸਕਦੇ, ਕਿਉਂਕਿ ਮੈਂ ਇਕੱਲੀ ਨਹੀਂ, ਮੇ ਬੀ ਸਾਰਿਆਂ ਨੂੰ ਇਦਾਂ ਫੀਲ ਹੁੰਦਾ ਹੋਣਾ। ਤੁਸੀਂ ਮੇਰੇ ਖਿਆਲ ਉਦਣ ਜਿੱਦਣ ਰਿਜ਼ਲਟ ਆਇਆ ਸੀਗਾ, ਜਿੱਦਣ ਤੁਸੀਂ ਮੈਨੂੰ ਮੈਸੇਜ ਕਰ ਲਿਆ ਸੀ, ਮੇਰੇ ਖਿਆਲ ਤੁਸੀਂ ਉੱਥੇ ਖੜ ਕੇ ਰੋਣ ਵੀ ਲੱਗ ਗਏ ਸੀ ਜੋ ਰਿਜ਼ਲਟ ਸੁਣਿਆ ਬਿਲਕੁਲ ਤਾਂ ਸਰ, ਝਲਕ ਗਈ। ਜਦੋਂ ਰਿਜ਼ਲਟ ਆਇਆ ਨਾ, ਜਦੋਂ ਪਤਾ ਲੱਗਿਆ ਪਾਸ ਹੋ ਗਏ, ਸਮਝ ਨਹੀਂ ਆਉਂਦੀ ਉਦੋਂ ਤੁਹਾਨੂੰ ਦੱਸਿਆ ਨਾ, ਇਸ ਖੁਸ਼ੀ ਨੂੰ ਨਾ ਅਸੀਂ ਜਿੱਦਾਂ ਬੋਲ ਕੇ ਨਹੀਂ ਦੱਸ ਸਕਦੇ ਹੈਗੇ ਠੀਕ ਆ। ਕਿੰਨੀ ਖੁਸ਼ੀ ਹੁੰਦੀ ਹੈ ਉਦੋਂ। ਸਰ ਪਤਾ ਹੈ ਕਿਉਂ? ਕਿਉਂਕਿ ਉਦੋਂ ਨਾ ਤੁਹਾਡੀ ਕਰਵਾਈ ਤੇ ਸਾਡੀ ਕੀਤੀ ਮਿਹਨਤ ਦਾ ਫਲ ਬਿਲਕੁਲ ਮਿਲਦਾ ਹੈ ਉਹ। ਬਿਲਕੁਲ ਬਿਲਕੁਲ, ਸਾਡੀ ਮਿਹਨਤ ਉਦੋਂ ਕਬੂਲ ਹੁੰਦੀ ਹੈ ਜਦੋਂ ਸਟੂਡੈਂਟ ਸਾਡੇ ਕੋਲੋਂ ਪਾਸ ਹੋ ਜਾਂਦਾ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ, ਹਰ ਲਾਈਵ ਕਲਾਸ ਵਿੱਚ ਕਹਿੰਦਾ, ਸਾਡੇ ਦਿਨ ਦੇ ਵਿੱਚ 4-5 ਬੈਚ ਨੇ, ਮੈਂ ਇੱਕੋ ਗੱਲ ਹਾਂਜੀ ਕਹਿੰਦਾ ਹੁੰਦਾ ਵੀ ਚਲੋ ਇੱਕੋ ਵਰਗੇ ਪਹਿਲੇ ਹੱਲੇ ਪਾਸ ਹੋਣ ਵਾਲੇ ਜਾਂ 3 ਮਹੀਨਿਆਂ 'ਚ ਪਾਸ ਹੋਣ ਵਾਲੇ ਸਾਰੇ ਨਹੀਂ ਹੈਗੇ। ਇੱਕ ਘਰ ਹਾਂਜੀ 2 ਭਰਾ, ਇੱਕ ਥੋੜ੍ਹਾ ਹੁਸ਼ਿਆਰ ਹੋ ਸਕਦਾ, ਇੱਕ ਥੋੜ੍ਹਾ ਢਿੱਲਾ ਹੋ ਸਕਦਾ ਹੈ। ਲੇਕਿਨ ਮੈਂ ਹੁਣ ਤੱਕ ਦੇ ਆਪਣੇ ਕੈਰੀਅਰ ਵਿੱਚ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੁਹਾਡੇ ਲਾਇਸੈਂਸ ਦੀ ਜੋ ਮੁਨਿਆਦੀ ਹਾਂਜੀ ਇਹ ਖਤਮ ਹੋ ਗਈ, ਹੁਣ ਹਾਂਜੀ ਹਾਂਜੀ ਸਰ ਬਾਅਦ ਕਲਾਸ ਨਾਲ ਨਹੀਂ ਜੋੜਨਾ ਹੈਗਾ। ਹਾਂਜੀ ਸੋ ਨਾਲ ਜੁੜੇ ਰਹੀਦਾ ਹਮੇਸ਼ਾ ਹੀ ਉਹਨਾਂ ਸਾਰਿਆਂ ਦੇ ਜੋ ਸਾਡੇ ਨਾਲ ਜੁੜੇ ਨੇ। ਹਾਂਜੀ ਸਰ, ਕਈ ਐਡ ਆਉਂਦੀਆਂ ਹੈ, ਕਈ ਟਿਕਟੋਕ ਤੇ ਮੈਂ ਦੇਖਿਆ, ਸਾਡੇ ਕਈ ਵੀਰ ਨੇ ਜਿਹੜੇ ਕਹਿੰਦੇ ਨੇ ਕਿ ਆਪਾਂ ਫ੍ਰੀ ਸਟੱਡੀ ਕਰਵਾਉਂਦੇ ਹਾਂ, ਤੇ ਸਰ ਮੈਂ ਇਹ ਕਹਿੰਦੀ ਹਾਂ ਕਿ ਕਿਸੇ ਦੀਆਂ ਵੀ ਗੱਲਾਂ ਵਿੱਚ ਆ ਕੇ ਤੁਸੀਂ ਨਾ ਲੱਗੋ, ਕਿਸੇ ਕੋਲ ਵੀ ਨਾ ਜਾਓ, ਕਿਉਂਕਿ ਉਹ ਪਹਿਲਾਂ ਕਹਿੰਦੇ ਕਿ ਆਪਾਂ ਫ੍ਰੀ ਸਟੱਡੀ ਕਰਵਾਉਂਦੇ, ਪਰ ਬਾਅਦ ਵਿੱਚ ਉਹ ਕਹਿੰਦੇ ਸਾਰਾ ਕੁਝ ਪੇਡ ਹੈ ਤੇ ਠੀਕ ਹੈ। ਤੁਹਾਨੂੰ ਪੇ ਕਰਨਾ ਪੈਣਾ ਹੈ। ਸੋ ਮੇਰਾ ਇਹ ਸਵਾਲ ਹੈ ਕਿ ਜਿਹੜੇ ਮੈਂ ਫੀਸ ਲਿੱਤੀ ਹੈ ਜਾਂ ਜਿਹੜੀ ਅਸੀਂ ਫੀਸ ਲੈਂਦੇ ਹਾਂ, ਕਿਉਂਕਿ ਪਤਾ ਕੀ ਹੁੰਦਾ, ਇਹ ਬੰਦਾ ਖੁਦ ਡਿਸਾਈਡ ਕਰਦਾ ਹੈ ਉਹ ਆਪਣੀ ਵੈਲਿਊ ਕੀ ਹੈ। ਅਸੀਂ ਜਿੰਨੀ ਕੁ ਫੀਸ ਰੱਖੀ ਹੋਈ ਹੈ, ਸਾਨੂੰ ਪਤਾ ਕਿ ਸਾਡੇ ਪਿੱਛੇ ਇੱਕ ਟੀਮ ਵਰਕ ਹੈ ਔਰ ਅਸੀਂ ਇਹ ਪ੍ਰੋਫੈਸ਼ਨਲ ਤਰੀਕੇ ਨਾਲ ਪਿਛਲੇ ਮੰਨ ਲਓ 6-7 ਸਾਲ ਤੋਂ ਕੰਮ ਕਰਾ ਰਹੇ ਹਾਂ। ਅਗਰ ਸਾਡੇ ਕੋਲ ਅੱਜ ਹਜ਼ਾਰਾਂ ਦੀ ਗਿਣਤੀ ਨਾਲ ਸਟੂਡੈਂਟ ਪੜ੍ਹ ਰਿਹਾ ਹੈ, ਉਹ ਇਕੱਲਾ ਫ੍ਰੀ ਨਹੀਂ ਦੇਖ ਕੇ ਆਇਆ, ਉਹ ਸਾਡੀ ਸਰਵਿਸ ਵੇਖ ਕੇ ਆਇਆ ਆ, ਮੇਰਾ ਪਾਸਟ ਦੇਖਿਆ ਹੈ ਕਿ ਮੈਂ ਕੋਈ ਇਹ ਨਹੀਂ ਹੈਗਾ ਕਿ ਟਿਕਟੋਕ ਸਟਾਰ ਹਾਂ, ਮੈਂ ਇੱਕ ਐਸਾ ਇਨਸਾਨ ਆ ਜਿਹਨੇ ਪਹਿਲੇ ਖੁਦ ਪੜ੍ਹਾਈ ਕੀਤੀ ਔਰ ਜਿੰਨੀ ਖੁਦ ਪੜ੍ਹਾਈ ਕੀਤੀ ਅੱਜ ਬਾਕੀਆਂ ਨਾਲ ਸਾਂਝੀ ਕਰ ਰਿਹਾ ਵਾਂ। ਹਾਂਜੀ ਸਰ, ਮੈਂ ਨਾ ਤੁਹਾਡੀ ਸਿਰਫ ਇੱਕ ਵੀਡੀਓ ਦੇਖੀ ਸੀਗੀ ਯੂਟਿਊਬ ਤੇ, ਜਿਹਨੂੰ ਦੇਖ ਕੇ ਮੈਂ ਐਡਮਿਸ਼ਨ ਲਈ ਸੀਗੀ, ਕਿਉਂਕਿ ਸਰ ਤੁਹਾਡੇ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਲੱਗਿਆ ਸੀ। ਠੀਕ ਹੈ ਜੀ। ਤੇ ਨੇ ਮੈਂ ਬਾਕੀ ਵੀ ਕਈਆਂ ਦੇ ਕੋਲ ਕਲਾਸਿਸ ਲਾਈਆਂ ਆ, ਠੀਕ ਹੈ, ਤੇ ਪਰ ਨਹੀਂ ਸਰ ਗੱਲ ਨਹੀਂ ਬਣੀ ਤੁਹਾਡੀ ਸਟੱਡੀ ਫਾਰ। ਸ਼ਾਇਦ ਹੋ ਸਕਦਾ ਹੈ ਕਿ ਮਤਲਬ ਇਹ ਪੁੰਨ ਦਾ ਕੰਮ ਕੀ ਕਹਿੰਦੇ ਨੇ ਮੇਰੇ ਹੱਥੋਂ ਲਿਖਿਆ ਸੀਗਾ ਕਿ ਮੈਂ ਹੀ ਆਪਣੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਮਤਲਬ 4 ਅੱਖਰ ਜਿਹੜੇ ਮੇਰੇ ਖੁਦ ਦੇ ਸਿੱਖੇ ਹੋਏ ਉਹਨਾਂ ਨਾਲ ਸਾਂਝੇ ਕਰਨੇ ਨੇ ਔਰ ਉਹ ਲਾਇਸੈਂਸ ਦਾ ਸਫ਼ਰ ਪੂਰਾ ਕਰਨਗੇ। ਮੇਰੇ ਕੋਲੋਂ ਯਕੀਨ ਮੰਨੋ ਇੰਡੀਆ ਤੋਂ ਬਹੁਤ ਸਾਰੇ ਸਟੂਡੈਂਟ ਪੜ੍ਹ ਰਹੇ ਨੇ ਜਿਨ੍ਹਾਂ ਨੇ ਹਜੇ ਇਟਲੀ ਵਿੱਚ ਪੈਰ ਵੀ ਨਹੀਂ ਰੱਖਿਆ। ਸੋ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਵਾਸਤੇ ਜੋ ਕਹਿੰਦੇ ਨੇ ਵੀ ਬੋਲੀ ਦਾ ਆਉਣਾ ਜ਼ਰੂਰੀ ਹੈ ਲਾਇਸੈਂਸ ਲਈ? ਨਹੀਂ ਸਰ, ਇਹਦੇ ਵਿੱਚ ਬੋਲੀ ਦਾ ਆਉਣਾ ਕੋਈ ਜ਼ਰੂਰੀ ਨਹੀਂ ਹੈਗਾ। ਨਹੀਂ ਸਰ, ਇਹਦੇ ਲਈ ਬੋਲੀ ਨਹੀਂ ਜ਼ਰੂਰੀ ਹੈਗੀ। ਤੇ ਨਾਲੇ ਸਰ, ਜਿਹੜਾ ਨਾ ਤੁਸੀਂ ਆ ਇੰਨਾ ਵਧੀਆ ਸਮਝਾਇਆ, ਹਰ ਇੱਕ ਜਿੱਦਾਂ ਤੁਸੀਂ ਵਰਡ ਨੂੰ ਪੰਜਾਬੀ ਚ ਟ੍ਰਾਂਸਲੇਟ ਕੀਤਾ, ਉਹਦੇ ਲਈ ਤਾਂ ਕੋਈ ਬੋਲੀ ਦਾ ਕੋਈ ਕੋਈ ਬਣਦਾ ਨਹੀਂ ਹੈਗਾ ਕਿ ਬੋਲੀ ਆਉਣੀ ਜ਼ਰੂਰੀ ਹੈ ਉਹਦੇ ਲਈ। ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੋ ਤੁਹਾਡੀ ਆਵਾਜ਼ ਸੁਣ ਰਹੇ ਨੇ? ਸਰ, ਮੇਰੇ ਵੱਲੋਂ ਜਿੰਨੇ ਵੀ ਸਟੂਡੈਂਟ ਸਟੱਡੀ ਕਰਦੇ ਨੇ ਸਾਰਿਆਂ ਨੂੰ ਬੈਸਟ ਆਫ ਲੱਕ ਹੈ। ਥੈਂਕ ਯੂ ਜੀ, ਤੇ ਮਿਲਦੇ ਆ ਆਪਾਂ ਜਲਦ ਹੀ, ਜਦ ਤੁਹਾਡੇ ਗੁਈਦਾ ਦਾ ਐਗਜ਼ਾਮ ਹੋਏਗਾ ਸਾਨੂੰ ਜ਼ਰੂਰ ਦੱਸਿਓ ਕਿਵੇਂ ਦਾ ਰਿਜ਼ਲਟ ਆਇਆ। ਥੈਂਕ ਯੂ, ਓਕੇ ਸਰ, ਥੈਂਕ ਯੂ ਵੈਰੀ ਮੱਚ ਸਰ।